ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੋ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੀ, ਜਿਸ ਦੇ ਵਿੱਚ 7 ਗੁਆਂਢੀ ਮੁਲਕਾਂ ਨੂੰ ਸੱਦਾ ਭੇਜ ਦਿੱਤਾ ਗਿਆ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੋ ਰਾਹੁਲ ਗਾਂਧੀ ਦੇ ਅੱਗੇ ਕਾਂਗਰਸੀਆਂ ਨੇ ਇਹ ਮੰਗ ਰੱਖ ਦਿੱਤੀ ਹੈ। ਕੰਗਣਾ ਵਾਲੇ ਵਿਵਾਦ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੀ ਸਥਿਤੀ ਦੇ ਵਿੱਚ ਫਸ ਗਏ ਨੇ। ਅੰਮ੍ਰਿਤਪਾਲ ਸਿੰਘ ਨੂੰ ਛੇਤੀ ਰਿਹਾ ਕਰੋ, ਇਹ ਮੰਗ ਤੇਜ਼ ਹੋਣ ਲੱਗ ਪਈ ਹੈ। ਖਡੂਰ ਸਾਹਿਬ ਤੋਂ ਹਾਰਨ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਦੇ ਖਿਲਾਫ ਭੜਾਸ ਕੱਢ ਦਿੱਤੀ ਹੈ। ਚੋਰਾਂ ਦਾ ਡਰ, ਬਿਲਕੁਲ ਚੋਰਾਂ ਦੇ ਮਨਾਂ ਦੇ ਵਿੱਚੋਂ ਪੁਲਿਸ ਦਾ ਡਰ ਬਿਲਕੁਲ ਨਿਕਲਦਾ ਨਜ਼ਰ ਆ ਰਿਹਾ ਹੈ। ਇੱਕ ਅਜੀਬ ਖਬਰ ਚੋਰੀਆਂ ਦੇ ਬਾਰੇ ਤੁਹਾਨੂੰ ਦੱਸਾਂਗੇ। ਇੱਕ ਹੋਰ ਨੌਜਵਾਨ ਨੂੰ ਨਸ਼ੇ ਦਾ ਦੈਂਤ ਖਾ ਗਿਆ ਹੈ, ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ। ਪਰ ਸਭ ਤੋਂ ਪਹਿਲਾਂ ਸ਼ੁਰੂਆਤ ਸਹੁੰ ਚੁੱਕ ਸਮਾਗਮ ਤੋਂ ਕਰਦੇ ਹਾਂ। ਆਖਿਰ NDA ਦੇ ਵੱਲੋਂ ਸਰਕਾਰ ਬਣਾਈ ਜਾ ਰਹੀ ਹੈ। 9 ਜੂਨ ਸ਼ਾਮ ਨੂੰ ਨਰਿੰਦਰ ਮੋਦੀ ਦੇ ਵੱਲੋਂ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕੀ ਜਾ ਰਹੀ ਹੈ। ਸਹੁੰ ਚੁੱਕ ਸਮਾਗਮ ਬੜੀ ਸ਼ਾਨੋ ਸ਼ੌਕਤ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਵਿੱਚ 7 ਗੁਆਂਢੀ ਮੁਲਕਾਂ ਦੇ ਲੀਡਰਾਂ ਨੂੰ ਸੱਦੇ ਭੇਜ ਦਿੱਤੇ ਗਏ ਨੇ। ਗੁਆਂਢੀ ਮੁਲਕਾਂ ਦੇ ਵਿੱਚ ਪਾਕਿਸਤਾਨ ਨੂੰ ਭਾਰਤ ਨੇ ਸੱਦਾ ਨਹੀਂ ਭੇਜਿਆ, ਕਿਉਂਕਿ ਪਾਕਿਸਤਾਨ ਦੇ ਨਾਲ ਸੰਬੰਧ ਭਾਰਤ ਦੇ ਬਿਲਕੁਲ ਠੀਕ ਨਹੀਂ ਚੱਲ ਰਹੇ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਨੇ। ਇਸ ਤੋਂ ਇਲਾਵਾ ਭੂਟਾਨ, ਮੌਰੀਸ਼ਸ, ਨੇਪਾਲ ਅਤੇ ਸ਼੍ਰੀਲੰਕਾ ਦੇ ਲੀਡਰ ਵੀ ਛੇਤੀ ਹੀ ਭਾਰਤ ਪਹੁੰਚ ਜਾਣਗੇ ਅਤੇ ਉਹਨਾਂ ਦੇ ਵੱਲੋਂ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਹਿੱਸਾ ਲਿਆ ਜਾਵੇਗਾ। JDU ਅਤੇ TDP ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਕਿ ਉਹ ਇੰਡੀਆ ਗੱਠਜੋੜ ਦੇ ਵੱਲ ਜਾ ਸਕਦੇ ਨੇ, NDA ਦੀ ਸਰਕਾਰ ਸ਼ਾਇਦ ਨਾ ਬਣੇ, ਪਰ ਅਜਿਹਾ ਕੁਝ ਵੀ ਨਾ ਹੋਇਆ। ਚੰਦਰ ਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੇ ਵੱਲੋਂ ਨਰਿੰਦਰ ਮੋਦੀ ਨੂੰ ਆਪਣਾ ਲੀਡਰ ਮੰਨ ਲਿਆ ਗਿਆ ਹੈ ਅਤੇ NDA ਦੀ ਸਰਕਾਰ ਲਗਾਤਾਰ ਤੀਜੀ ਵਾਰ ਭਾਰਤ ਦੇ ਵਿੱਚ ਬਣਨ ਜਾ ਰਹੀ ਹੈ। ਅੱਗੇ ਵਧਦੇ ਹਾਂ। ਜੇਕਰ NDA ਨੇ ਆਪਣਾ ਲੀਡਰ ਚੁਣ ਲਿਆ ਹੈ ਤਾਂ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪਣੇ ਲੀਡਰ ਰਸਮੀ ਤੌਰ 'ਤੇ ਚੁਣੇ ਜਾ ਰਹੇ ਨੇ। ਕਾਂਗਰਸ ਪਾਰਟੀ ਦੇ ਸੰਸਦੀ ਦਲ ਦਾ ਲੀਡਰ ਸੋਨੀਆ ਗਾਂਧੀ ਨੂੰ ਚੁਣ ਲਿਆ ਗਿਆ ਹੈ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਵੱਲੋਂ ਰਾਹੁਲ ਗਾਂਧੀ ਦੇ ਅੱਗੇ ਮੰਗ ਰੱਖੀ ਗਈ ਹੈ ਕਿ ਰਾਹੁਲ ਗਾਂਧੀ ਇਸ ਵਾਰ ਲੋਕ ਸਭਾ ਦੇ ਵਿੱਚ LOP ਲੀਡਰ ਆਫ ਓਪੋਜੀਸ਼ਨ ਵਿਰੋਧੀ ਧਿਰ ਦੇ ਨੇਤਾ ਬਣਨੇ ਚਾਹੀਦੇ ਨੇ। ਕਾਂਗਰਸੀ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਕਰਕੇ ਹੀ ਕਾਂਗਰਸੀ ਸੰਸਦ ਮੈਂਬਰਾਂ ਦੀ ਗਿਣਤੀ ਦੁੱਗਣੀ ਹੋਈ ਹੈ, ਜੋ ਪਿਛਲੀ ਵਾਰ 50 ਸੀ ਉਹ ਇਸ ਵਾਰ 100 ਦੇ ਨੇੜੇ ਪਹੁੰਚ ਗਈ ਹੈ। ਭਾਰਤ ਜੋੜੋ ਯਾਤਰਾ ਕੀਤੀ ਹੈ, ਲੋਕਾਂ ਨੇ ਰਾਹੁਲ ਗਾਂਧੀ ਨੂੰ ਕਬੂਲਿਆ ਹੈ, ਇਸ ਕਰਕੇ ਮੋਦੀ ਸਰਕਾਰ ਨੂੰ ਸਿੱਧੀ ਟੱਕਰ ਪਾਰਲੀਮੈਂਟ ਦੇ ਵਿੱਚ ਵੀ ਰਾਹੁਲ ਗਾਂਧੀ ਹੀ ਦੇ ਸਕਦੇ ਨੇ। ਇਸ ਕਰਕੇ ਰਾਹੁਲ ਗਾਂਧੀ ਨੂੰ ਇਸ ਵਾਰ LOP ਬਣਨਾ ਚਾਹੀਦਾ ਹੈ। ਪਹਿਲਾਂ ਅਧੀਰ ਰੰਜਨ ਚੌਧਰੀ ਕਾਂਗਰਸ ਦੇ ਵੱਲੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ, ਪਰ ਇਸ ਵਾਰ TMC ਦੇ ਯੂਸਫ ਪਠਾਨ, ਸਾਬਕਾ ਕ੍ਰਿਕਟਰ ਯੂਸਫ ਪਠਾਨ ਦੇ ਵੱਲੋਂ ਪੱਛਮੀ ਬੰਗਾਲ ਤੋਂ ਅਧੀਰ ਰੰਜਨ ਚੌਧਰੀ ਨੂੰ ਚੋਣਾਂ ਦੇ ਵਿੱਚ ਹਰਾ ਦਿੱਤਾ ਗਿਆ। ਇਸ ਕਰਕੇ ਇਸ ਵਾਰ ਰਾਹੁਲ ਗਾਂਧੀ ਨੂੰ LOP ਬਣਾਉਣ ਦੀ ਮੰਗ ਕਾਂਗਰਸੀ ਲੀਡਰਾਂ ਦੇ ਵੱਲੋਂ ਕਰ ਦਿੱਤੀ ਗਈ ਹੈ। ਰਾਹੁਲ ਗਾਂਧੀ ਨੇ ਇਸ ਦੇ ਬਾਰੇ ਸੋਚਣ ਲਈ ਸਮਾਂ ਮੰਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਇੱਕਜੁੱਟ ਹੋ ਕੇ ਇਹ ਮੰਗ ਰਾਹੁਲ ਗਾਂਧੀ ਦੇ ਅੱਗੇ ਰੱਖੀ ਹੈ, ਉਹ ਮੰਗ ਸਵੀਕਾਰ ਕਰਨਗੇ, ਠੁਕਰਾਉਣਗੇ ਨਹੀਂ, ਇਹ ਮੰਨਿਆ ਜਾ ਰਿਹਾ ਹੈ। ਕਹਿਣ ਦਾ ਮਤਲਬ ਇਹ ਹੈ NDA ਦੇ ਵੱਲੋਂ ਹੋਣਗੇ ਲੀਡਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਹੋਣਗੇ ਰਾਹੁਲ ਗਾਂਧੀ। ਇੱਕ ਵਾਰ ਫਿਰ ਤੋਂ ਪਾਰਲੀਮੈਂਟ ਦੇ ਵਿੱਚ ਦੋਵਾਂ ਲੀਡਰਾਂ ਦੀ ਟੱਕਰ ਹੋਵੇਗੀ। ਪਹਿਲਾਂ ਨਰਿੰਦਰ ਮੋਦੀ ਨੂੰ ਜ਼ਿਆਦਾ ਤਕੜਾ ਲੀਡਰ ਮੰਨਿਆ ਜਾ ਰਿਹਾ ਸੀ, ਆਪਣੇ ਦਮ 'ਤੇ ਉਹਨਾਂ ਨੇ ਭਾਜਪਾ ਨੂੰ ਜਿਤਾ ਦਿੱਤਾ ਸੀ, ਬਹੁਮਤ ਦਵਾ ਦਿੱਤੀ ਸੀ, ਪਰ ਇਸ ਵਾਰ ਨਾ ਤਾਂ ਕਾਂਗਰਸ ਪਾਰਟੀ ਨੂੰ ਬਹੁਮਤ ਮਿਲੀ ਹੈ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੂੰ। ਇਸ ਕਰਕੇ ਇਹ ਸਰਕਾਰ 5 ਸਾਲ ਚੱਲਦੀ ਵੀ ਹੈ ਜਾਂ ਫਿਰ ਨਹੀਂ, ਇਸ ਬਾਰੇ ਕੁਝ ਵੀ ਆਖਿਆ
ਨਹੀਂ ਜਾ ਸਕਦਾ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਕੰਗਣਾ ਰਣੌਤ ਦੇ ਨਾਲ CISF ਮੁਲਾਜ਼ਮ ਕੁਲਵਿੰਦਰ ਕੌਰ ਦਾ ਵਿਵਾਦ ਹੋਇਆ। ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਵੀ ਭਖਦੀ ਦਿਖਾਈ ਦਿੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਈ ਤਰ੍ਹਾਂ ਦੇ ਸਵਾਲ ਇਸ ਮਸਲੇ 'ਤੇ ਉੱਠਣ ਲੱਗ ਪਏ ਨੇ, ਕਿਉਂਕਿ ਪੰਜਾਬ ਦੇ ਬਾਰੇ ਟਿੱਪਣੀਆਂ ਕੰਗਣਾ ਰਣੌਤ ਨੇ ਕੀਤੀਆਂ, ਉਹਨਾਂ ਦੀ ਭੈਣ ਰੰਗੋਲੀ ਨੇ ਕੀਤੀਆਂ। ਭਗਵੰਤ ਮਾਨ ਇੱਕ ਸ਼ਬਦ ਤੱਕ ਨਹੀਂ ਬੋਲੇ, ਜਦਕਿ ਉਹ ਪੰਜਾਬ ਦੇ ਮੁਖੀਏ ਹਨ। ਉਹਨਾਂ ਨੇ ਕੋਈ ਵੀ ਸ਼ਬਦ ਇਸ ਬਾਰੇ ਨਹੀਂ ਆਖਿਆ, ਸਗੋਂ ਕੁਲਵਿੰਦਰ ਕੌਰ 'ਤੇ ਪਰਚਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਆਗੂ ਵਿਕਰਮ ਮਜੀਠੀਆ ਨੇ ਫੇਸਬੁੱਕ 'ਤੇ ਪੋਸਟ ਪਾ ਕੇ, ਵੀਡੀਓ ਬਿਆਨ ਪਾ ਕੇ ਇਹ ਗੱਲ ਆਖੀ ਹੈ ਕਿ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਦੇ ਟਾਊਟ ਨੇ, ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਜਿੱਥੇ ਗੱਲ ਭਾਰਤੀ ਜਨਤਾ ਪਾਰਟੀ ਦੀ ਆ ਜਾਂਦੀ ਹੈ, ਭਗਵੰਤ ਮਾਨ ਬਿਲਕੁਲ ਚੁੱਪ ਕਰ ਜਾਂਦੇ ਨੇ। ਕੰਗਣਾ ਰਣੌਤ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਕੁਲਵਿੰਦਰ ਕੌਰ 'ਤੇ ਤਾਂ ਪਰਚਾ ਕਰ ਦਿੱਤਾ, ਕੰਗਣਾ ਰਣੌਤ 'ਤੇ ਪਰਚਾ ਕਿਉਂ ਨਹੀਂ ਕੀਤਾ? ਸਰਕਾਰੀ ਮੁਲਾਜ਼ਮ ਦੇ ਕੰਮ ਕਾਜ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਕੰਗਣਾ ਰਣੌਤ 'ਤੇ, ਕਿਉਂਕਿ ਚਰਚਾ ਇਹ ਹੈ, ਜਾਣਕਾਰੀ ਇਹ ਹੈ ਕਿ ਕੰਗਣਾ ਰਣੌਤ ਦੇ ਵੱਲੋਂ ਪਹਿਲਾਂ ਬਦਤਮੀਜ਼ੀ ਕੀਤੀ ਗਈ, ਉਸ ਤੋਂ ਬਾਅਦ ਕੁਲਵਿੰਦਰ ਕੌਰ ਨੇ ਇਹ ਕੰਮ ਕੀਤਾ ਜਿਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਹੈ। ਇਸ ਕਰਕੇ ਹਾਈ ਕੋਰਟ ਤੋਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਮਸਲਾ ਬਹੁਤ ਵੱਡਾ ਹੈ, ਮਜੀਠੀਆ ਆਖਦੇ ਨੇ, ਉਹ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ, ਉਹ CISF ਦੇ ਮੁਲਾਜ਼ਮ ਨੇ, ਗੱਲ ਛੋਟੀ ਨਹੀਂ ਹੈ। ਅਤੇ ਘਟਨਾ ਵਾਪਰੀ ਹੈ ਚੰਡੀਗੜ੍ਹ ਦੇ ਹਵਾਈ ਅੱਡੇ 'ਤੇ, ਘਟਨਾ ਛੋਟੀ ਨਹੀਂ ਹੈ, ਜਾਂਚ ਨਿਰਪੱਖ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੀ ਸਰਕਾਰ, ਪੰਜਾਬ ਦਾ ਮੁੱਖ ਮੰਤਰੀ ਭਾਜਪਾ ਦੇ ਨਾਲ ਮਿਲਿਆ ਹੋਇਆ ਹੈ, ਇਹਨਾਂ ਤੋਂ ਨਿਰਪੱਖ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ। ਕੇਂਦਰ ਸਰਕਾਰ ਦੇ ਉਹ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ, ਉਹਨਾਂ ਨੇ ਵੀ ਨਿਰਪੱਖ ਜਾਂਚ ਨਹੀਂ ਕਰਵਾਉਣੀ ਹੈ। ਇਸ ਕਰਕੇ ਹਾਈ ਕੋਰਟ ਦੇ ਵੱਲੋਂ ਇਸ ਮਸਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਪਰ ਪਹਿਲਾਂ ਕੰਗਣਾ ਰਣੌਤ 'ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ। ਪਰਚਾ ਕਿਉਂ ਨਹੀਂ ਕੀਤਾ? ਮਜੀਠੀਆ ਨੇ ਭਗਵੰਤ ਮਾਨ ਨੂੰ ਇਹ ਸਵਾਲ ਪੁੱਛ ਲਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਖਡੂਰ ਸਾਹਿਬ ਤੋਂ ਲਗਭਗ 2 ਲੱਖ ਵੋਟਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਆਜ਼ਾਦ ਤੌਰ 'ਤੇ ਜਿੱਤ ਗਏ। ਉਹਨਾਂ ਦੇ ਮਾਤਾ ਪਿਤਾ ਦੇ ਵੱਲੋਂ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ ਹੈ, ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੇ ਵੱਲੋਂ ਦਿਬਰੂਗੜ੍ਹ ਜੇਲ੍ਹ ਦੇ ਪ੍ਰਸ਼ਾਸਨ ਨੂੰ ਮਠਿਆਈ ਖਵਾਉਣ ਦਾ ਕੰਮ ਕੀਤਾ ਗਿਆ। ਪੁਲਿਸ ਵਾਲਿਆਂ ਨੂੰ ਮਠਿਆਈਆਂ ਖਵਾਉਂਦੇ ਇੱਥੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦਿਖਾਈ ਦਿੱਤੇ ਨੇ। ਮੁਲਾਕਾਤ ਤੋਂ ਬਾਅਦ ਮਾਤਾ ਪਿਤਾ ਨੇ ਮੰਗ ਕੀਤੀ, ਹੁਣ ਜਦੋਂ ਲੋਕਾਂ ਨੇ ਮੋਹਰ ਲਾ ਦਿੱਤੀ ਹੈ ਕਿ NSA ਗਲਤ ਲਾਇਆ ਗਿਆ ਹੈ, 2 ਲੱਖ ਵੋਟਾਂ ਦੇ ਨਾਲ ਜਿਤਾ ਦਿੱਤਾ ਹੈ, ਸਰਕਾਰ ਨੂੰ ਹਰਾ ਦਿੱਤਾ ਹੈ, 3 ਨੰਬਰ 'ਤੇ ਪਹੁੰਚਾ ਦਿੱਤਾ ਹੈ, ਮਤਲਬ ਇਹ ਹੈ ਲੋਕ NSA ਦੇ ਖਿਲਾਫ ਹਨ, NSA ਹਟਾਇਆ ਜਾਣਾ ਚਾਹੀਦਾ ਹੈ, ਸਾਡਾ ਮੁੰਡਾ ਛੱਡਿਆ ਜਾਣਾ ਚਾਹੀਦਾ ਹੈ, ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ। ਮਾਪਿਆਂ ਨੇ ਇਹ ਮੰਗ ਰੱਖੀ ਹੈ। ਪੋਲੀਟੀਕਲ ਪਾਰਟੀਆਂ ਦੀ ਜੇਕਰ ਗੱਲ ਕਰੀਏ, ਕਾਂਗਰਸ ਦੇ ਵੱਲੋਂ ਖਹਿਰਾ ਇਹ ਮੰਗ ਕਰ ਚੁੱਕੇ ਨੇ, ਅੰਮ੍ਰਿਤਪਾਲ ਸਿੰਘ ਨੂੰ ਛੱਡੋ। ਹੁਣ ਅਕਾਲੀ ਦਲ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ, ਉਹਨਾਂ ਨੇ ਵੀ ਇਹ ਗੱਲ ਆਖੀ ਕਿ ਲੋਕਾਂ ਦੀ ਕਚਹਿਰੀ ਨੇ ਫਤਵਾ ਸੁਣਾ ਦਿੱਤਾ ਹੈ, ਫੈਸਲਾ ਸੁਣਾ ਦਿੱਤਾ ਹੈ, ਇਸ ਕਰਕੇ ਸਰਕਾਰ ਨੂੰ ਫੈਸਲਾ ਮੰਨਣਾ ਚਾਹੀਦਾ ਹੈ, ਅੰਮ੍ਰਿਤਪਾਲ ਸਿੰਘ ਤੋਂ NSA ਹਟਾ ਕੇ ਜੇਲ੍ਹ ਤੋਂ ਰਿਹਾ ਕਰ ਦੇਣਾ ਚਾਹੀਦਾ ਹੈ। ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਇਹ ਮੰਗ ਰੱਖ ਦਿੱਤੀ ਗਈ ਹੈ। ਅੱਗੇ ਵੱਧਦੇ ਹਾਂ। ਇੱਕ ਤਾਂ ਆਜ਼ਾਦ ਜਿੱਤੇ ਅੰਮ੍ਰਿਤਪਾਲ ਸਿੰਘ, ਦੂਜਾ ਆਜ਼ਾਦ ਜਿੱਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ, ਉਹਨਾਂ ਦਾ ਏਜੰਡਾ ਕੀ ਹੋਵੇਗਾ? ਉਹ MP ਤਾਂ ਬਣ ਗਏ ਹਨ, ਪਰ ਕੰਮ ਕੀ ਕਰਨਗੇ? ਉਹਨਾਂ ਦੀ ਅਗਲੀ ਭਵਿੱਖੀ ਰਣਨੀਤੀ ਕੀ ਹੈ? ਇਸ ਦੇ ਬਾਰੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਖੁਲਾਸਾ ਕਰ ਦਿੱਤਾ ਗਿਆ ਹੈ। NDA ਜਾਂ ਫਿਰ ਇੰਡੀਆ, ਇਸ ਦੇ ਬਾਰੇ ਬੋਲਦਿਆਂ ਉਹਨਾਂ ਨੇ ਆਖਿਆ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਉਣ ਵਾਲਿਆਂ ਦੇ ਨਾਲ
ਜਾਣ ਦਾ ਕੋਈ ਵੀ ਸਵਾਲ ਪੈਦਾ ਨਹੀਂ ਹੁੰਦਾ ਹੈ। ਪੰਜਾਬ ਨੂੰ ਪਹਿਲ ਦਿੱਤੀ ਜਾਵੇਗੀ, ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਰੱਖੀ ਜਾਵੇਗੀ। ਲੋਕਾਂ ਤੋਂ ਸਲਾਹਾਂ ਲਵਾਂਗਾ ਕਿ ਕਿਸ ਮੁੱਦੇ 'ਤੇ ਕਿਸ ਦਾ ਸਾਥ, ਕਿਸ ਗੱਲ ਦਾ ਸਾਥ, ਕਿਸ ਮੁੱਦੇ 'ਤੇ ਕਿਸ ਪਾਰਟੀ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ, ਕਿਸ ਕਾਨੂੰਨ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਦੇ ਨਾਲ ਰਾਏ ਮਸ਼ਵਰਾ ਕਰਕੇ ਹੀ ਮੈਂ ਕੋਈ ਫੈਸਲਾ ਲਿਆ ਕਰਾਂਗਾ। ਬੇਅਦਬੀਆਂ ਨੂੰ ਲੈ ਕੇ ਸਰਬਜੀਤ ਸਿੰਘ ਖਾਲਸਾ ਨੇ ਮੰਗ ਰੱਖੀ ਹੈ ਕਿ ਕਾਨੂੰਨ ਬਦਲਿਆ ਜਾਣਾ ਚਾਹੀਦਾ ਹੈ। ਬੇਅਦਬੀ ਕਰਨ ਵਾਲੇ 'ਤੇ ਧਾਰਾ 302 ਲੱਗਣੀ ਚਾਹੀਦੀ ਹੈ ਅਤੇ ਉਸੇ ਦੇ ਮੁਤਾਬਕ ਹੀ ਬੇਅਦਬੀ ਕਰਨ ਵਾਲੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਮੈਂ ਆਵਾਜ਼ ਲਗਾਤਾਰ ਉਠਾਉਂਦਾ ਰਹਾਂਗਾ। ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਇਸ ਦੇ ਬਾਵਜੂਦ ਛੱਡਿਆ ਨਹੀਂ ਜਾ ਰਿਹਾ, ਪਾਰਲੀਮੈਂਟ ਦੇ ਵਿੱਚ ਮੈਂ ਇਸ ਮੁੱਦੇ ਨੂੰ ਚੁੱਕਾਂਗਾ। ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਆਪਣਾ ਏਜੰਡਾ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਪੰਥਕ ਏਜੰਡਾ ਲੈ ਕੇ ਹੀ ਪਾਰਲੀਮੈਂਟ ਦੇ ਵਿੱਚ ਵੀ ਬੋਲਿਆ ਕਰਨਗੇ। ਅੱਗੇ ਵਧਦੇ ਹਾਂ। ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਇੱਕ ਮੁੱਦੇ 'ਤੇ ਛੇਤੀ ਤੋਂ ਛੇਤੀ ਖੁੱਲ੍ਹੀ ਬਹਿਸ ਕਰਵਾਈ ਜਾਣੀ ਚਾਹੀਦੀ ਹੈ। ਕਿਹੜਾ ਮੁੱਦਾ? ਕਾਨੂੰਨ ਬਣਾਉਣ ਦਾ ਮੁੱਦਾ। ਖਹਿਰਾ ਲਗਾਤਾਰ ਮੰਗ ਕਰ ਰਹੇ ਨੇ ਕਿ ਪੰਜਾਬ ਦੇ ਪੱਖ ਦੇ ਵਿੱਚ ਕਾਨੂੰਨ ਸੂਬੇ ਦੇ ਵਿੱਚ ਬਣਾਇਆ ਜਾਣਾ ਚਾਹੀਦਾ ਹੈ ਕਿ ਬਾਹਰਲੇ ਪੰਜਾਬ ਤੋਂ ਬਾਹਰਲੇ ਇੱਥੇ ਆ ਕੇ ਵਾਹੀ ਯੋਗ ਜ਼ਮੀਨ ਨਾ ਲੈ ਸਕਣ, ਇੱਥੋਂ ਦੇ ਵੋਟਰ ਨਾ ਬਣ ਸਕਣ, ਇੱਥੋਂ ਦੀਆਂ ਸਰਕਾਰੀ ਨੌਕਰੀਆਂ ਨਾ ਲੈ ਸਕਣ। ਹਿਮਾਚਲ ਦੀ ਤਰਜ਼ 'ਤੇ, ਗੁਜਰਾਤ ਦੀ ਤਰਜ਼ 'ਤੇ, ਉੱਤਰਾਖੰਡ ਦੀ ਤਰਜ਼ 'ਤੇ ਕਾਨੂੰਨ ਬਣਨਾ ਚਾਹੀਦਾ ਹੈ। ਮੈਂ ਇਸ 'ਤੇ ਅਜੇ ਵੀ ਡਟਿਆ ਹੋਇਆ ਹਾਂ। ਖਹਿਰਾ ਆਖਦੇ ਨੇ ਭਾਵੇਂ ਮੇਰੀ ਪਾਰਟੀ ਵਾਲਿਆਂ ਨੇ ਵੀ ਕੁਝ ਨੇ ਮੇਰਾ ਵਿਰੋਧ ਕੀਤਾ ਹੈ, ਭਗਵੰਤ ਮਾਨ ਨੇ, ਨਰਿੰਦਰ ਮੋਦੀ ਨੇ ਵੀ ਵਿਰੋਧ ਕੀਤਾ ਹੈ, ਇਸ ਦੇ ਬਾਵਜੂਦ ਮੈਂ ਪਿੱਛੇ ਨਹੀਂ ਹਟਾਂਗਾ। ਪੰਜਾਬ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਨੇ ਘੱਟ ਗਿਣਤੀ ਬਣ ਜਾਣਾ ਹੈ, ਜੋ ਕੰਮ ਚੱਲੀ ਜਾਂਦਾ ਬਾਹਰ ਜਾਈ ਜਾਂਦੇ ਨੇ ਪੰਜਾਬੀ। ਇਸ ਕਰਕੇ ਇਹ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ। ਜੇਕਰ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਘੱਟ ਗਿਣਤੀ ਨਹੀਂ ਬਣਾਉਣਾ ਤਾਂ ਕਾਨੂੰਨ ਬਣਾਉਣਾ ਪਵੇਗਾ। ਜੇਕਰ ਕੋਈ ਮੇਰੇ ਨਾਲ ਬਹਿਸ ਕਰਨਾ ਚਾਹੁੰਦਾ ਹੈ, ਭਗਵੰਤ ਮਾਨ ਸਮੇਤ ਸਾਰੇ ਲੀਡਰ ਜਿਹੜੇ ਮੇਰੀ ਗੱਲ ਦੇ ਖਿਲਾਫ ਨੇ, ਕਾਨੂੰਨ ਦੇ ਖਿਲਾਫ ਨੇ, ਉਹ ਖੁੱਲ੍ਹੀ ਬਹਿਸ ਕਰਵਾ ਲੈਣ, ਉਹ ਵੀ ਛੇਤੀ ਤੋਂ ਛੇਤੀ। ਖਹਿਰਾ ਦੇ ਵੱਲੋਂ ਸਾਰਿਆਂ ਨੂੰ ਇਹ ਖੁੱਲ੍ਹਾ ਚੈਲੰਜ ਕਰ ਦਿੱਤਾ ਗਿਆ ਹੈ। ਅੱਗੇ ਵਧਦੇ ਹਾਂ। ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਹਾਰ ਗਏ। ਨਾ ਸਿਰਫ ਹਾਰੇ, ਸ਼ਰਮਨਾਕ ਤਰੀਕੇ ਨਾਲ ਹਾਰੇ, ਕਿਉਂਕਿ ਸਰਕਾਰ ਹੋਣ ਦੇ ਬਾਵਜੂਦ, ਮੰਤਰੀ ਹੋਣ ਦੇ ਬਾਵਜੂਦ, 92 ਵਿਧਾਇਕ ਹੋਣ ਦੇ ਬਾਵਜੂਦ, ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇ ਬਾਵਜੂਦ ਤੀਜੇ ਨੰਬਰ 'ਤੇ ਆ ਗਏ। ਪਹਿਲੇ 'ਤੇ ਅੰਮ੍ਰਿਤਪਾਲ ਸਿੰਘ, ਦੂਜੇ 'ਤੇ ਕੁਲਬੀਰ ਜੀਰਾ ਅਤੇ ਤੀਜੇ ਨੰਬਰ 'ਤੇ ਰਹੇ ਲਾਲਜੀਤ ਸਿੰਘ ਭੁੱਲਰ। ਹੁਣ ਜਿਹੜੇ ਲੀਡਰ ਬੁਰੀ ਤਰ੍ਹਾਂ ਹਾਰੇ ਨੇ, ਉਹਨਾਂ ਦੇ ਵੱਲੋਂ ਲੋਕਾਂ ਦੇ ਖਿਲਾਫ ਭੜਾਸਾਂ ਕੱਢੀਆਂ ਜਾ ਰਹੀਆਂ ਨੇ। ਪਹਿਲਾਂ ਬਿੱਟੂ ਲੁਧਿਆਣੇ ਦੇ ਪਿੰਡਾਂ ਦੇ ਲੋਕਾਂ ਨੂੰ ਤਾਨੇ ਮਿਣੇ ਮਾਰ ਚੁੱਕੇ ਨੇ ਅਤੇ ਹੁਣ ਲਾਲਜੀਤ ਸਿੰਘ ਭੁੱਲਰ ਨੇ ਵੀ ਫੇਸਬੁੱਕ 'ਤੇ ਵੀਡੀਓ ਪਾ ਕੇ ਲੋਕਾਂ ਨੂੰ ਤਾਨੇ ਮਿਣੇ ਮਾਰੇ ਨੇ। ਉਹਨਾਂ ਨੇ ਆਖਿਆ, ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ, ਜਿਹੜੇ ਕੰਮ ਲੈ ਕੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਜਿਨ੍ਹਾਂ ਨੇ, ਉਹਨਾਂ ਦਾ ਵੀ ਧੰਨਵਾਦ। ਤਾਨੇ ਮੇਣੇ ਮਾਰੇ ਇੱਥੇ ਲੋਕਾਂ ਨੂੰ ਕਿ ਮੇਰੇ ਤੋਂ ਕੰਮ ਤਾਂ ਲੈ ਗਏ ਪਰ ਵੋਟਾਂ ਨਹੀਂ ਪਾਈਆਂ, ਉਹਨਾਂ ਦਾ ਜ਼ਿਆਦਾ ਧੰਨਵਾਦ। ਹੁਣ ਲਾਲਜੀਤ ਭੁੱਲਰ ਆਖਦੇ ਨੇ, ਮੈਂ ਭਲਮਾਨ ਸੀ ਵਰਤੀ, ਜਿਹੜਾ ਮੇਰੇ ਕੋਲ ਆਈ ਗਿਆ ਮੈਂ ਉਹਨਾਂ ਦਾ ਕੰਮ ਕਰੀ ਗਿਆ ਪਰ ਮੈਨੂੰ ਉਹਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਹੁਣ ਮੈਂ ਆਪਣੇ ਕੰਮ ਕਰਨ ਦਾ ਤਰੀਕਾ ਬਦਲਾਂਗਾ। ਹੁਣ ਜਿਸ ਨੇ ਵੀ ਮੇਰੇ ਤੋਂ ਮੇਰੇ ਦਫ਼ਤਰ ਦੇ ਵਿੱਚ ਆ ਕੇ ਕੰਮ ਕਰਵਾਉਣਾ ਹੈ, ਪਹਿਲਾਂ ਆਪਣੇ ਹਲਕੇ ਦਾ, ਆਪਣੇ ਇਲਾਕੇ ਦਾ, ਆਪਣੇ ਪਿੰਡ ਦਾ ਆਪ ਲੀਡਰ ਉਸ ਨੂੰ ਨਾਲ ਲੈ ਕੇ ਆਓ। ਜਿਹੜਾ ਵੀ ਤੁਹਾਡੇ ਮੁਹੱਲੇ ਦਾ, ਤੁਹਾਡੇ ਪਿੰਡ ਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਸ ਨੂੰ ਨਾਲ ਲੈ ਕੇ ਆਇਓ, ਫਿਰ ਮੈਂ ਕੰਮ ਕਰਨਾ। ਕਿਉਂਕਿ ਜਿਹੜਾ ਵੀ ਕੋਈ ਮੇਰੇ ਕੋਲ ਆਉਂਦਾ ਸੀ ਮੈਂ ਕੰਮ ਕਰ ਦਿੰਦਾ ਸੀ, ਲੋਕਾਂ ਨੇ ਮੈਨੂੰ ਵੋਟਾਂ ਹੀ ਨਹੀਂ ਪਾਈਆਂ, ਹੁਣ
ਆਮ ਆਦਮੀ ਪਾਰਟੀ ਦੇ ਕਿਸ ਲੀਡਰ ਨੂੰ ਨਾਲ ਲਿਆਓਗੇ ਤਾਂ ਮੈਂ ਕੰਮ ਕਰਨਾ, ਕਿਉਂਕਿ ਜਦੋਂ ਵੋਟਾਂ ਦਾ ਸਮਾਂ ਆਵੇਗਾ ਉਹ ਆਪ ਦਾ ਲੀਡਰ ਤੁਹਾਨੂੰ ਆਖੇਗਾ, ਵੇਖ ਲਓ ਮੈਂ ਲਾਲਜੀਤ ਭੁੱਲਰ ਦੇ ਕੋਲੋਂ ਤੁਹਾਡਾ ਕੰਮ ਨਹੀਂ ਕਰਾਇਆ ਸੀ, ਹੁਣ ਤੁਸੀਂ ਮੈਨੂੰ ਵੋਟਾਂ ਪਾਓ, ਅਸੀਂ ਇੰਜ ਵੋਟਾਂ ਲਵਾਂਗੇ ਅਗਲੀ ਵਾਰ। ਹੁਣ ਜੇਕਰ ਮੇਰੇ ਤੋਂ ਕੰਮ ਕਰਵਾਉਣਾ ਹੈ ਆਪ ਦੇ ਕਿਸ ਲੀਡਰ ਨੂੰ ਨਾਲ ਲੈ ਕੇ ਆਇਓ, ਉਂਝ ਮੈਂ ਕੰਮ ਨਹੀਂ ਕਰਨਾ, ਉਂਝ ਲੋਕ ਵੋਟਾਂ ਨਹੀਂ ਪਾਉਂਦੇ। ਲਾਲਜੀਤ ਸਿੰਘ ਭੁੱਲਰ ਨੇ ਆਪਣੇ ਕੰਮ ਦਾ ਕਰਨ ਦਾ ਤਰੀਕਾ ਬਦਲਣ ਦਾ ਐਲਾਨ ਕਰ ਦਿੱਤਾ ਹੈ। ਹੁਣ ਜੇਕਰ ਜਿਹੜੇ ਪੱਟੀ ਵਿਧਾਨ ਸਭਾ ਹਲਕੇ ਦੇ ਲੋਕ ਨੇ ਖਾਸ ਤੌਰ 'ਤੇ, ਉਹਨਾਂ ਨੇ ਜੇਕਰ ਕੰਮ ਕਰਵਾਉਣਾ ਹੈ ਲਾਲਜੀਤ ਸਿੰਘ ਭੁੱਲਰ ਤੋਂ, ਆਪਣੇ ਇਲਾਕੇ ਦਾ ਆਪ ਦਾ ਲੀਡਰ ਜ਼ਰੂਰ ਨਾਲ ਲੈ ਕੇ ਜਾਇਓ, ਨਹੀਂ ਤਾਂ ਮੰਤਰੀ ਸਾਹਿਬ ਤੁਹਾਡਾ ਕੰਮ ਨਹੀਂ ਕਰਨਗੇ। ਅੱਗੇ ਵਧਦੇ ਹਾਂ। ਬਿਜਲੀ ਦਾ ਬੁਰਾ ਹਾਲ ਹੋ ਗਿਆ, ਚਰਚਾਵਾਂ ਸਨ ਕਿ ਵੋਟਾਂ ਤੋਂ ਬਾਅਦ ਪੰਜਾਬ ਸੂਬੇ ਦੇ ਵਿੱਚ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣਗੇ, ਵਿਰੋਧੀਆਂ ਨੇ ਇਹ ਗੱਲ ਆਖੀ ਸੀ, ਅਤੇ ਹੁਣ ਕਈ ਇਲਾਕਿਆਂ ਤੋਂ ਅਜਿਹੀਆਂ ਖਬਰਾਂ ਆਉਣ ਲੱਗ ਪਈਆਂ ਨੇ। ਗੁਰਦਾਸਪੁਰ ਦਾ ਕਸਬਾ ਹੈ ਦੁਰੰਗਲਾ, ਜਿੱਥੇ ਲੋਕ ਇੰਨੇ ਜ਼ਿਆਦਾ ਅੱਕ ਗਏ, ਆਖਦੇ ਨੇ 4-5 ਦਿਨ ਹੋ ਗਏ ਨੇ ਜਦੋਂ ਤੋਂ ਵੋਟਾਂ ਦਾ ਨਤੀਜਾ ਆਇਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਬਿਜਲੀ ਟਿਕਦੀ ਨਹੀਂ, ਆਉਂਦੀ ਹੈ ਫਿਰ ਚਲੀ ਜਾਂਦੀ ਹੈ, ਰਾਤ ਨੂੰ ਤਾਂ ਸਾਰੀ ਸਾਰੀ ਰਾਤ ਨਹੀਂ ਆਉਂਦੀ, ਜਿਉਣਾ ਮਹਾਲ ਹੋਇਆ ਪਿਆ ਹੈ। ਬਿਜਲੀ ਸਟੇਸ਼ਨ ਜਾ ਕੇ, ਜਿੱਥੇ ਪਾਵਰ ਮਹਿਕਮੇ ਦਾ ਦਫ਼ਤਰ ਹੈ, ਉੱਥੇ ਜਾ ਕੇ ਇਹਨਾਂ ਲੋਕਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ, ਰੌਲਾ ਪਾਇਆ ਗਿਆ, ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕ ਆਖਦੇ ਨੇ ਮੁਫ਼ਤ ਨਾ ਦਿਓ, ਬਸ ਦੇ ਦਿਓ, ਜਿਹੜੀ ਮੁਫ਼ਤ ਬਿਜਲੀ ਦਿੰਦੇ ਹੋ ਨਾ ਦਿਓ, ਬਸ ਦੇ ਦਿਓ, ਪਾਣੀ ਤੋਂ ਬੈਠੇ ਹਾਂ, ਮੋਟਰਾਂ ਨਹੀਂ ਚਲਾਵਾਂਗੇ, ਪਾਣੀ ਕਿੱਥੋਂ ਆਵੇਗਾ, ਪਾਣੀ ਨਹੀਂ ਹੋਏਗਾ, ਗਰਮੀ ਇੰਨੀ ਹੈ, ਬੱਚੇ ਮਾਰਨੇ, ਸਾਡੇ ਬਜ਼ੁਰਗ ਮਾਰਨੇ ਨੇ, ਜਵਾਨ ਤਾਂ ਚਲੋ ਅਸੀਂ ਟਾਈਮ ਪਾਸ ਕਰ ਲੈਂਦੇ ਹਾਂ ਕਿਸੇ ਤਰੀਕੇ ਨਾਲ, ਬੱਚੇ ਬਜ਼ੁਰਗਾਂ ਦਾ ਬੁਰਾ ਹਾਲ ਹੈ, ਮੁਫ਼ਤ ਨਾ ਦਿਓ, ਬਸ ਬਿਜਲੀ ਦੇ ਦਿਓ। ਗੁਰਦਾਸਪੁਰ ਦੇ ਲੋਕਾਂ ਦੇ ਵੱਲੋਂ ਇਹ ਮੰਗ ਸਰਕਾਰ ਦੇ ਅੱਗੇ ਰੱਖੀ ਗਈ ਹੈ। ਅੱਗੇ ਵਧਦੇ ਹਾਂ। ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਤੋਂ ਵੀ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਇਸ ਤੋਂ ਵੀ ਅਜੀਬ ਖਬਰ ਸਾਹਮਣੇ ਆਈ ਹੈ। ਇਲਾਕੇ ਦੇ ਲੋਕਾਂ ਦੇ ਵੱਲੋਂ ਜੇਈ ਅਤੇ ਉਸਦੀ ਟੀਮ ਨੂੰ ਬੰਧਕ ਬਣਾ ਲਿਆ ਗਿਆ। ਭਾਸਕਰ ਦੀ ਰਿਪੋਰਟ ਦੇ ਮੁਤਾਬਕ ਇੱਕ ਇਲਾਕੇ ਦੇ ਵਿੱਚ ਬਿਜਲੀ ਦੀ ਸ਼ਿਕਾਇਤ ਕੁਝ ਲੋਕਾਂ ਦੇ ਵੱਲੋਂ ਕੀਤੀ ਗਈ ਸੀ, ਪਰ ਲੋਕਾਂ ਨੇ ਆਖਿਆ ਬਿਜਲੀ ਆਉਂਦੀ ਨਹੀਂ ਹੈ, ਬਹੁਤ ਖਰਾਬ ਕਰ ਰਹੀ ਹੈ, ਬਹੁਤ ਜ਼ਿਆਦਾ ਕੱਟ ਲੱਗ ਰਹੇ ਨੇ। ਜਦੋਂ ਜੇਈ ਆਪਣੀ ਟੀਮ ਦੇ ਨਾਲ ਪਹੁੰਚੇ, ਲੋਕਾਂ ਦੇ ਵੱਲੋਂ ਬੰਧਕ ਬਣਾ ਲਿਆ ਗਿਆ। ਰਾਤ 11 ਵਜੇ ਦੇ ਕਰੀਬ ਬਿਜਲੀ ਮਹਿਕਮੇ ਦੇ ਹੋਰ ਮੁਲਾਜ਼ਮਾਂ ਦੇ ਵੱਲੋਂ ਜਾ ਕੇ ਆਪਣੇ ਜੇਈ ਅਤੇ ਟੀਮ ਨੂੰ ਛੁਡਵਾਇਆ ਗਿਆ। ਉਸ ਤੋਂ ਬਾਅਦ ਪੁਲਿਸ ਨੇ 8 ਲੋਕਾਂ 'ਤੇ ਪਰਚਾ ਵੀ ਦਰਜ ਕਰ ਲਿਆ ਹੈ, ਬੰਧਕ ਬਣਾਉਣ ਦਾ ਅਤੇ ਗਾਲੀ ਗਲੋਚ ਕਰਨ ਦਾ ਪਰਚਾ ਪੁਲਿਸ ਦੇ ਵੱਲੋਂ 8 ਲੋਕਾਂ 'ਤੇ ਦਰਜ ਕਰ ਲਿਆ ਗਿਆ ਹੈ। ਲੋਕ ਆਖਦੇ ਨੇ ਬਹੁਤ ਅੱਕੇ ਆ, ਕਿੱਧਰ ਜਾਈਏ, ਬਿਜਲੀ ਨਹੀਂ ਆਉਂਦੀ, ਕੱਟ ਬਹੁਤ ਵੱਡੇ ਵੱਡੇ ਲੱਗਦੇ ਨੇ, ਇਸੇ ਕਰਕੇ ਸਾਨੂੰ ਇਹ ਕੰਮ ਕਰਨਾ ਪੈ ਗਿਆ ਹੈ, ਸਾਨੂੰ ਬੇਰੋਕ ਟੋਕ ਲਗਾਤਾਰ ਬਿਜਲੀ ਮਿਲਣੀ ਚਾਹੀਦੀ ਹੈ। ਲੋਕਾਂ ਦੇ ਵੱਲੋਂ ਇਹ ਮੰਗ ਸਰਕਾਰ ਦੇ ਅੱਗੇ ਰੱਖੀ ਗਈ ਹੈ। ਹੁਣ ਰਾਏ ਤੁਸੀਂ ਵੀ ਆਪਣੀ ਦਿਓ, ਆਪਣੇ ਇਲਾਕੇ ਦੇ ਬਾਰੇ ਵੀ ਤੁਸੀਂ ਜਾਣਕਾਰੀ ਦਿਓ, ਆਪਣਾ ਇਲਾਕਾ ਲਿਖੋ ਕਿਹੜਾ ਹੈ ਅਤੇ ਬਿਜਲੀ ਦੇ ਕੀ ਹਾਲਾਤ ਨੇ, ਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਤੁਹਾਡੇ ਇਲਾਕੇ ਦੇ ਵਿੱਚ ਵੀ ਬਿਜਲੀ ਦੇ ਕੱਟ ਲੱਗਣ ਲੱਗ ਪਏ ਨੇ, ਕਿ ਜਾਂ ਫਿਰ ਆਮ ਦੀ ਤਰ੍ਹਾਂ ਬਿਜਲੀ ਤੁਹਾਡੇ ਇਲਾਕੇ ਦੇ ਵਿੱਚ ਆ ਰਹੀ ਹੈ। ਕਮੈਂਟ ਕਰਕੇ ਆਪਣੇ ਇਲਾਕੇ ਦੇ ਬਾਰੇ ਜਾਣਕਾਰੀ ਜ਼ਰੂਰ ਦਿਓ। ਅੱਗੇ ਵਧਦੇ ਹਾਂ। ਪੰਜਾਬ ਸੂਬੇ ਦੇ ਵਿੱਚ ਚੋਰੀਆਂ ਲਗਾਤਾਰ ਹੋ ਰਹੀਆਂ ਨੇ ਅਤੇ ਅਜੀਬੋ ਗਰੀਬ ਮਸਲੇ ਵੀ ਸਾਹਮਣੇ ਆ ਰਹੇ ਨੇ। ਬਠਿੰਡਾ ਦੇ ਕਸਬਾ ਗੋਨੇਆਣਾ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕੋ ਰਾਤ 5 ਦੁਕਾਨਾਂ 'ਤੇ ਚੋਰਾਂ ਦੇ ਵੱਲੋਂ ਚੋਰੀਆਂ ਕੀਤੀਆਂ ਗਈਆਂ, ਪਰ ਇੱਕ ਦੁਕਾਨਦਾਰ ਨੇ ਦਾਅਵਾ ਇਹ ਵੀ ਕੀਤਾ ਕਿ ਉਸਦੀ ਦੁਕਾਨ ਨੂੰ ਤੋੜ ਕੇ ਅੰਦਰ ਵੜ ਕੇ ਚੋਰਾਂ ਦੇ ਵੱਲੋਂ ਪਹਿਲਾਂ ਆਂਡੇ ਉਬਾਲੇ ਗਏ, ਆਂਡੇ ਉਬਾਲ ਕੇ ਪ੍ਰੋਪਰ ਬੈਠ ਕੇ ਸੌਸ ਲਗਾ ਕੇ ਆਂਡੇ ਕੱਟ ਕੇ ਖਾਧੇ ਗਏ, ਆਂਡੇ ਉਬਾਲ ਕੇ ਖਾ ਕੇ ਉਸ ਤੋਂ ਬਾਅਦ ਚੋਰੀਆਂ ਕਰਕੇ ਫਿਰ ਚੋਰ ਉੱਥੋਂ ਚਲੇ ਗਏ। ਅਤੇ ਇਹ ਸਾਰੀ ਵਾਰਦਾਤ ਹੋਈ ਕਦੋਂ ਹੈ, ਰਾਤ 10-11 ਵਜੇ ਦੇ ਕਰੀਬ ਹੀ।
ਜ਼ਿਆਦਾ ਰਾਤ ਵੀ ਨਹੀਂ, ਦੁਕਾਨਦਾਰ ਬਹੁਤ ਜ਼ਿਆਦਾ ਅੱਕੇ ਪਏ ਨੇ। ਉਹ ਆਖਦੇ ਨੇ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ। ਵੇਖੋ ਹਾਲਾਤ ਪੰਜਾਬ ਦੇ, 10-11 ਵਜੇ ਚੋਰ ਆਉਂਦੇ ਨੇ, ਆਂਡੇ ਉਬਾਲਦੇ ਨੇ, ਉਸ ਤੋਂ ਬਾਅਦ ਟੌਰ ਨਾਲ ਆਂਡੇ ਖਾਂਦੇ ਨੇ, ਫਿਰ ਚੋਰੀਆਂ ਕਰਦੇ ਨੇ, ਉਹ ਵੀ 5 ਦੁਕਾਨਾਂ ਤੋਂ, ਫਿਰ ਚਲੇ ਜਾਂਦੇ ਨੇ। ਡਰ ਹੀ ਹੈ ਨਹੀਂ, ਕੋਈ ਖੌਫ ਹੀ ਹੈ ਨਹੀਂ ਪੁਲਿਸ ਦਾ। ਚੋਰਾਂ ਦੇ ਹੌਸਲੇ ਵੇਖੋ ਕਿੰਨੇ ਬੁਲੰਦ ਨੇ। ਇੱਕ ਦੁਕਾਨਦਾਰ ਨੇ ਦੱਸਿਆ 10-15 ਦਿਨ ਪਹਿਲਾਂ ਮੇਰੀ ਦੁਕਾਨ 'ਤੇ ਚੋਰੀ ਹੋਈ ਸੀ, ਮੈਂ ਆਪਣਾ ਗੇਟ ਬਦਲਵਾ ਲਿਆ, ਲੋਹੇ ਦਾ ਭਾਰਾ ਗੇਟ ਲਵਾਇਆ, ਪਰ ਉਹਨਾਂ ਨੇ ਉਹ ਵੀ ਤੋੜ ਦਿੱਤਾ ਹੈ। ਮੇਰੀ ਲੋਹੇ ਦੀ ਦੁਕਾਨ ਹੈ, ਕੁਝ ਲੈ ਕੇ ਤਾਂ ਉਹ ਨਹੀਂ ਜਾ ਸਕੇ, 400-500 ਦਾ ਸਮਾਨ ਹੀ ਸਿਰਫ ਲੈ ਕੇ ਗਏ ਨੇ, ਪਰ ਵੇਖੋ ਜਦੋਂ ਅੰਦਰ ਹੀ ਵੜ ਗਏ ਕੁਝ ਵੀ ਲਿਜਾ ਸਕਦੇ ਸਨ। ਸਾਨੂੰ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ। ਦੁਕਾਨਦਾਰਾਂ ਦੇ ਵੱਲੋਂ ਸਰਕਾਰ ਦੇ ਅੱਗੇ, ਪ੍ਰਸ਼ਾਸਨ ਦੇ ਅੱਗੇ ਇਹ ਮੰਗ ਰੱਖੀ ਗਈ ਹੈ। ਅੱਗੇ ਵੱਧਦੇ ਹਾਂ, ਨਸ਼ੇ ਦੇ ਹਾਲਾਤ ਬਹੁਤ ਬੁਰੇ ਨੇ। ਮੰਤਰੀ ਬਲਜੀਤ ਕੌਰ, ਮੰਤਰੀ ਡਾਕਟਰ ਬਲਜੀਤ ਕੌਰ ਦੇ ਇਲਾਕੇ ਤੋਂ ਖਬਰ ਸਾਹਮਣੇ ਆਈ ਹੈ। ਮਲੋੜ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਦੀ ਇੱਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 23 ਸਾਲਾ ਜਗਮੀਤ ਸਿੰਘ ਦੀ ਮੌਤ ਚਿੱਟੇ ਦੇ ਕਰਕੇ ਹੋ ਗਈ ਹੈ। ਜਗਮੀਤ ਸਿੰਘ ਦੇ ਪਿਤਾ ਦੇ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਕਿ ਮੇਰਾ ਮੁੰਡਾ ਚਿੱਟਾ ਪੀਂਦਾ ਸੀ। ਪਿਤਾ ਨੇ ਸਾਰਾ ਦੱਸ ਦਿੱਤਾ ਕਿ ਕਿਸ ਦੇ ਕੋਲੋਂ ਚਿੱਟਾ ਲਿਆਉਂਦਾ ਸੀ, ਕੌਣ ਪਿੰਡ ਦੇ ਵਿੱਚ ਚਿੱਟਾ ਵੇਚਦਾ ਹੈ, ਅਤੇ ਹੁਣ ਮੇਰਾ ਮੁੰਡਾ ਚਿੱਟਾ ਪੀ ਕੇ ਮਰ ਗਿਆ ਹੈ। ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣਦਾ ਸੀ, ਜਿਸ ਕਰਕੇ ਮੇਰਾ ਮੁੰਡਾ ਦੁਨੀਆ ਤੋਂ ਚਲਿਆ ਗਿਆ ਹੈ। ਪਿਤਾ ਦੇ ਵੱਲੋਂ ਇਹ ਸਭ ਗੱਲਾਂ ਆਖੀਆਂ ਗਈਆਂ ਨੇ। ਹੁਣ ਪਿੰਡ ਦੇ ਲੋਕਾਂ ਨੇ ਇਹ ਗੱਲ ਆਖੀ ਹੈ ਕਿ ਜਿਸ ਸ਼ਮਸ਼ਾਨ ਘਾਟ 'ਚੋਂ ਮ੍ਰਿਤਕ ਦੇਹ ਜਗਮੀਤ ਸਿੰਘ ਦੀ ਮਿਲੀ ਹੈ, ਉਸੇ ਹੀ ਸ਼ਮਸ਼ਾਨ ਘਾਟ ਦੇ ਵਿੱਚ ਹੋਰ ਵੀ ਪਿੰਡ ਦੇ ਬਹੁਤ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਨੇ, ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਇਸੇ ਤਰੀਕੇ ਨਾਲ ਸ਼ਮਸ਼ਾਨ ਘਾਟ ਦੇ ਵਿੱਚੋਂ ਹੀ ਮਿਲਣਗੀਆਂ, ਜੇਕਰ ਨਸ਼ੇ 'ਤੇ ਰੋਕ ਨਾ ਲਈ ਗਈ। ਸਰਕਾਰ ਜੀ ਕੁਝ ਤਾਂ ਕਰੋ। ਪਿੰਡ ਵਾਲਿਆਂ ਦੇ ਵੱਲੋਂ ਇਹ ਅਪੀਲਾਂ, ਇਹ ਦਰਖਾਸਤਾਂ ਕੀਤੀਆਂ ਗਈਆਂ ਹਨ ਮਾਨ ਸਰਕਾਰ ਦੇ ਅੱਗੇ। ਜੋ ਚੋਣਾਂ ਦੇ ਵਿੱਚ ਆਪ ਦੀ ਹਾਰ ਹੋਈ ਹੈ, ਉਸ ਦੇ ਵਿੱਚ ਨਸ਼ੇ ਨੂੰ ਵੀ ਬਹੁਤ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਹੁਣ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਸਮੀਖਿਆ ਮੰਥਨ ਕੀਤਾ ਜਾ ਰਿਹਾ ਹੈ ਕਿ ਅਸੀਂ ਕਿਉਂ ਹਾਰੇ ਹਾਂ। ਇਸ ਮੰਥਨ ਦੇ ਵਿੱਚ ਕੀ ਨਸ਼ੇ 'ਤੇ ਵੀ ਵਿਚਾਰ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ? ਕੀ ਆਉਣ ਵਾਲੇ ਦਿਨਾਂ ਦੇ ਵਿੱਚ ਨਸ਼ੇ 'ਤੇ ਰੋਕ ਲਾਈ ਜਾਵੇਗੀ? ਕਿਉਂਕਿ ਭਗਵੰਤ ਮਾਨ ਨੇ 15 ਅਗਸਤ ਤੱਕ ਦਾ ਸਮਾਂ ਦਿੱਤਾ ਹੋਇਆ ਹੈ। ਉਹਨਾਂ ਨੇ ਆਖਿਆ 15 ਅਗਸਤ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਮੈਂ ਖਤਮ ਕਰ ਦੇਵਾਂਗਾ, 16 ਅਗਸਤ ਨੂੰ ਪੰਜਾਬ ਦੇ ਵਿੱਚ ਨਸ਼ਾ ਤੁਹਾਨੂੰ ਦਿਖਾਈ ਨਹੀਂ ਦੇਵੇਗਾ। 15 ਅਗਸਤ ਵੀ ਆਉਣੀ ਵਾਲੀ ਹੈ। ਕੀ 15 ਤਰੀਕ ਤੱਕ, 15 ਅਗਸਤ ਤੱਕ ਨਸ਼ਾ ਖਤਮ ਹੁੰਦਾ ਹੈ ਜਾਂ ਫਿਰ ਨਹੀਂ? ਸਮਾਂ ਇਹ ਸਾਰੀ ਗੱਲ ਸਾਫ਼ ਅਤੇ ਸਪਸ਼ਟ ਕਰ ਦੇਵੇਗਾ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।